ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ। ਮੈਂ ਜ਼ਹਿਰ ਤਾਵਰ ਮਿੱਤ ਕਹਿੰਦਾ, ਤੁਸੀਂ ਠੀਕ ਠਾਕ ਹੋਵੋਗੇ। ਤੁਸੀਂ ਲਾਸਟ ਵਲੋਗ 'ਚ ਵੇਖਿਆ ਹੋਏਗਾ, ਅਸੀਂ ਜਿਹੜਾ ਨਾ ਸਾਈਕਲ ਟੂਰ 'ਚ ਜਾ ਰਹੇ ਹਾਂ ਅਤੇ ਰਾਤ ਨੂੰ ਅਸੀਂ ਰੁਕੇ ਹਾਂ ਦੀਨਾ। ਰਾਤੀ ਤਕਰੀਬਨ ਜਿਹੜਾ ਨਾ 1 ਵਜੇ ਅਸੀਂ ਆ ਕੇ ਹੋਟਲ 'ਚ ਰੁਕੇ ਸਾਂ ਅਤੇ ਥੱਕੇ ਪਏ ਹਾਂ ਸਾਡੇ ਦੇ ਸਾਈਕਲ ਚਲਾ ਚਲਾ ਕੇ। ਮੈਂ ਰਾਤ ਵੀਡੀਓ ਐਡਿਟ ਕਰਨ ਲੱਗਾ ਹਾਂ ਅਤੇ ਨਹੀਂ ਹੋਈ, ਨੀਂਦਰ ਆ ਗਈ, ਕਿਉਂਕਿ ਥੱਕੇ ਪਏ ਹਾਂ ਨਾ। ਸੁਬਹ ਉੱਠ ਕੇ ਮੈਂ ਵੀਡੀਓ ਐਡਿਟ ਕੀਤੀ ਹੈ। ਮੈਂ ਇਸ ਮਧਰ ਵੀ ਹੁਣ ਵੀਡੀਓ ਐਡਿਟ ਕਰਨ ਡੇ ਨੇ ਅਤੇ ਦਲਾਵਰ ਵੀ ਹੁਣ ਵੀਡੀਓ ਐਡਿਟ ਕਰਨ ਡੇ ਨੇ, ਜਾ ਵੀ ਹੁਣ ਵੀਡੀਓ ਐਡਿਟ ਕਰਨ ਡੇ ਆ। ਇਹ ਐਡਾ ਜਿਹੜਾ ਬਿਮਾਰੀ ਪੈਣਾ, ਟੁੱਟ ਪੈਣਾ। ਮੈਂ ਅਪਲੋਡ ਵੀ ਕਰਕੇ ਸੁੱਤਾ ਸਾਂ। ਮੈਂ ਨਾ ਚੱਲਾਂ, ਮੈਂ ਦਵਾ ਕਰਿਓ ਖੈਰੀ ਕਰੀ। ਬਾਈ ਇਸਮਤ, ਜੇ ਮੈਂ 5 ਮਿੰਟਾਂ ਵਿੱਚ ਆ ਗਿਆ ਠੀਕ ਨਹੀਂ ਤਾਂ ਬੂਹਾ ਭੰਨ ਰਿਹਾ। ਮੈਂ ਨਾ ਹੱਥ ਹੋ ਕੇ ਤਿਆਰ ਹੋ ਗਿਆ ਵਾਂ ਅਤੇ ਹੁਣ ਸਾਰੇ ਜਣੇ ਤਿਆਰ ਹੁੰਦੇ ਫਿਰ ਜਾਂਦੇ ਹਾਂ, ਨਿਕਲਦੇ 11 ਵੱਜ ਗਏ ਨੇ ਅਤੇ ਸਾਰੇ ਜਣੇ ਤਿਆਰੀਆਂ ਕਰਨ ਡੇ ਨੇ, ਕੰਬਲ ਠੰਬੇ ਠੱਪਣ ਡੇ ਨੇ, ਸਭ ਆਪਣਾ ਆਪਣਾ ਲੱਗੇ ਨੇ। 12 ਵੱਜ ਗਏ ਜੇ ਅਤੇ ਹੁਣ ਨਿਕਲਣ ਲੱਗੇ। ਸਵੇਰ ਦਾ ਜੀ ਕੋਈ ਖਾਧਾ ਪੀਤਾ ਵੀ ਨਹੀਂ, ਭੁੱਖ ਵੀ ਬੜੀ ਲੱਗੀ। ਆ ਥੋੜ੍ਹਾ ਦੂਜੇ ਰਾਤ ਰੁਕਿਆ ਹਜੇ। ਅੱਜ ਨਾਸ਼ਤੇ ਦੇ ਵਿੱਚ ਕੁੱਕੜੀ ਦੀ ਬੋਟੀ ਨਾਲ ਜਿਹੜਾ ਟੀਂਡੇ ਅਤੇ ਆਲੂ ਨਾਲ ਚਨਿਆਂ ਦੀ ਦਾਲ ਆ ਗਈ ਹੈ। ਚਨਿਆਂ ਦੀ ਦਾਲ ਜੇ ਤੁਸੀਂ ਲਾਈਕ ਨਾ ਕੀਤਾ ਤਾਂ ਕੋਈ ਨਹੀਂ, ਫਿਰ ਤੁਹਾਡਾ ਹਾਲ ਕਰਨ। ਅਸੀਂ ਨਾਸ਼ਤਾ ਲੱਗੇ ਹਾਂ ਅਤੇ 5 ਰੋਟੀਆਂ ਨਹੀਂ ਖਾਣ ਲੱਗੇ ਨਾਸ਼ਤੇ ਦੇ ਵਿੱਚ। ਰੋਟੀ ਖਾਣ ਤੋਂ ਬਾਅਦ ਆ ਗਈ ਚਾਹ, ਸਹੀ ਗੱਲ ਮਲਾਈ ਵਾਲੀ। ਰੋਟੀ ਖਾ ਕੇ ਤੇ ਹੁਣ ਜਿਹੜਾ ਦੀਨਾ ਚ ਨਿਕਲਣ ਲੱਗੇ ਹਾਂ। ਮੈਂ ਪਹਿਲਾਂ ਥੋੜ੍ਹਾ ਸਾਰਾ ਨਾ ਪੈਦਲ ਤੁਰਨ ਡਿਆ ਕਿਉਂਕਿ ਰੋਟੀ ਖਾਧੀ ਹੈ ਨਾ, ਕਿਤੇ ਢਿੱਡ ਪੀੜ ਨਾ ਪਾਈਏ। ਅਸਦ ਕੈਸਾ, ਮਜ਼ਾ ਆਉਣ ਡਿਆ? ਰਾਤ ਜਾਣ ਡੇ ਹਾਂ ਅਤੇ ਬਾਈ ਇਸਮਤ ਹੋਣਾ ਦੀ ਬਾਹਰ ਨਿਕਲ ਗਈ ਹੈ। ਹਾਂ ਵੇਖੋ, ਇੰਨੀ ਚੜ੍ਹਾਈ ਹੈ, ਟਰੱਕ ਵਿਚਾਰੇ ਦੀ ਬੱਸ ਹੋਈ ਫਿਰਦੀ ਹੈ। ਬਾਬਾ ਚਿਰ ਸਾਹ ਲੈਣ ਤੋਂ ਬਾਅਦ ਦੁਬਾਰਾ ਤੁਰ ਪਏ ਜੀ। ਚੜ੍ਹਾਈ ਚੜ੍ਹ ਚੜ੍ਹ ਕੇ ਬੱਸ ਹੋ ਗਈ ਹੈ, ਹੁਣ ਜੂਸ ਪੀਣ ਲੱਗਿਆ ਮਾਲਟੇ ਦਾ। ਪੜਾ 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 ਖਾ ਲਾ ਜੂਸ। ਖੱਟਾ ਮਿੱਠਾ ਸਹੀ ਗੱਲ, ਬੜਾ ਸਵਾਦ ਜੇ। ਤੁਰੋ ਤੁਰੋ, ਉਹ ਮੇਰੀ ਸਾਈਕਲ ਕਿੱਥੇ ਗਈ? ਉਹ ਪਈ ਆ ਹੋਏ ਭਾਜਦਾ। ਅੱਜ ਚੜ੍ਹਾਈਆਂ ਚੜ੍ਹ ਚੜ੍ਹ ਕੇ ਨਾ ਮੇਰੇ ਚਾਚੇ ਦੀਆਂ ਕਾਂਪੇ ਟੰਗ ਗਈਆਂ। ਅਸੀਂ ਜਿਹੜਾ ਪਾਣੀ ਪੀਣ ਵਾਸਤੇ ਰੁਕਿਆ ਰਾਜ ਅਤੇ ਇੱਥੇ ਇੱਕ ਸ਼ਰਤ ਲੱਗ ਗਈ, ਪਾਣੀ ਦੀਆਂ ਬੋਤਲ ਜਿਹੜੀ ਨਾ ਭਰ ਕੇ ਚਾਚੇ ਨੂੰ ਢਿੱਡ 'ਚ ਰੱਖੀਏ ਅਤੇ ਅਸੀਂ ਆਖਿਆ ਤੁਹਾਨੂੰ ਆਸਾਨ ਹੈ ਅਤੇ ਪਾਣੀ ਬੋਤਲ ਨਾਲ ਡਿੱਗੇ। ਚਲੋ ਹਦਰਾ ਉੱਠ ਗਏ, ਉਹ ਬੋਤਲ ਸੁਟਵਾਣੀ ਥੱਲੇ। ਅੱਛਾ ਦੇ ਅੱਛਾ ਦੇ ਅਤੇ ਦੌੜ ਲਾ ਜਲਦੀ, ਆ ਦੌੜ ਲਾ ਜਲਦੀ, ਆ ਦੌੜ ਲਾ। ਉੱਠੇ ਨਹੀਂ ਜਾਣ ਡਿਆ ਅਜੇ ਤਾਂ, ਪੁੱਤਰ ਬੜੀ ਸਾਈਕਲ ਚਲਾਉਣੀ ਹੈ, ਜਲਦੀ ਆ ਜਾ ਤੂੰ। ਚਲੋ ਹੁਣ ਚਾਚੇ ਨੂੰ ਹਸਾ, ਅਜੇ ਛੇੜਨਾ ਨਹੀਂ, ਢਿੱਡ ਨਹੀਂ ਛੇੜਨਾ, ਹੱਥ ਲਾਉਣ ਤੋਂ ਬਗੈਰ ਸੁਟਵਾਣੀ। ਚਾਚਾ ਕਾਈ ਨਹੀਂ ਚਾਚੇ ਜੀਤ ਕਿਆ ਜੀਤ ਕਿਆ ਬਿਲਕੁਲ
ਅਸੀਂ ਇੱਥੇ ਖਲੋਤੇ ਅਸੀਂ ਇੱਥੇ ਖਲੋਤੇ ਭਾਈ ਸ਼ੌਕਤ ਵੀ ਆ ਗਏ ਲੈ ਮਾਸ਼ਾਅੱਲਾ ਪਹਾੜ ਜਿਹੜਾ ਨਜ਼ਰ ਆਉਣ ਸ਼ੁਰੂ ਹੋ ਗਿਆ ਇੱਕ ਢਾਬਾ ਵੇਖਿਆ ਟਰੱਕਾਂ ਵਾਲਾ ਹੁਣ ਸਾਡੀ ਸਲਾਹ ਬਣ ਰਹੀ ਹੈ ਰੋਟੀ ਖਾਈਏ ਇੱਥੇ ਅਸੀਂ ਹੋਟਲ ਰੁਕਿਆ ਰੋਟੀ ਖਾਣ ਵਾਸਤੇ 6:09 ਹੋ ਗਏ ਨੇ ਤਕਰੀਬਨ 20-25 ਕਿਲੋਮੀਟਰ ਸਫ਼ਰ ਆਈ ਸਾਡਾ ਰਹਿੰਦਾ ਹੈ ਜਿਹਦੇ ਵਿੱਚ ਚੜ੍ਹਾਈਆਂ ਵੀ ਨੇ ਮੈਂ ਕਿਹਾ ਨਹੀਂ ਮੇਰੀ ਦਾਦੀ ਦੀ ਕਾਲ ਆਈ ਆ ਸਲਾਮ ਅਲੈਕੁਮ ਕੀ ਕਹੋ ਸਾਰੇ ਠੀਕ ਠਾਕ ਆ ਦੁਪਹਿਰੇ 2 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਅਸੀਂ ਬਸ 17 ਕਿਲੋਮੀਟਰ ਸਫ਼ਰ ਕੀਤਾ ਅੱਜ ਅਸੀਂ ਕਰਨ ਆਏ ਹਾਂ ਇੰਜੋਏ ਮਜ਼ਾ ਕਰਨ ਆਏ ਹਾਂ ਐਵੇਂ ਅਸੀਂ ਕੁਝ ਨੱਸਣ ਭੱਜਣ ਨਹੀਂ ਆਏ ਅੱਲਾ ਪਾਕ ਦਾ ਸ਼ੁਕਰ ਮਜ਼ਾ ਫੁੱਲ ਹੋਣਾ ਟੂਰ ਦਾ ਸਾਨੂੰ ਹੋਰ ਕੁਛ ਨਹੀਂ ਚਾਹੀਦਾ ਅੱਲਾ ਪਾਕ ਦਾ ਸ਼ੁਕਰ ਓਕੇ ਫਿਰ ਅੱਜ ਐਵੇਂ ਤਾਂ ਮਜ਼ਾਕ ਨਹੀਂ ਕਰਨਾ ਫਿਰ ਕਿਵੇਂ ਦਾ ਕਰਨਾ ਟਾਈਮ ਦਾ ਸ਼ਾਮ ਹੋ ਗਿਆ ਤੇ ਠੰਡੀ ਠੰਡੀ ਹਵਾ ਵਗਣੀ ਹੁਣ ਮਜ਼ਾ ਆਉਣ ਦਾ ਸਾਈਕਲ ਚਲਾਉਣ ਦਾ ਬੜਾ ਹੋ ਜਾ ਕੇ ਥੱਲੇ ਹੋਣਾ ਜੀ ਭਾਈਆ ਮੈਂ ਆਪਣੀ ਸਾਈਕਲ ਦਾ ਨਾਂ ਸੋਚਿਆ ਰਾਣੋ ਕਮੈਂਟ ਕਰਕੇ ਦੱਸਿਓ ਸਹੀ ਹੈ ਨਾ ਸਾਈਕਲ ਦਾ ਨਾਂ ਰਾਣੋ ਅੱਜ ਤੋਂ ਬਾਅਦ ਆਪਣੀ ਸਾਈਕਲ ਮੈਂ ਰਾਣੋ ਕਹਿਣਾ ਕਰਨਾ ਅੱਜ ਤੂੰ 1-2 ਸਾਲ ਪਹਿਲਾਂ ਜਿਹੜੀ ਸਾਡੀ ਖੋਤੀ ਸੀ ਨਾ ਮਰ ਗਈ ਹੈ ਉਹਦਾ ਨਾਂ ਵੀ ਰਾਣੋ ਰੱਖਿਆ ਸੀ ਮੈਂ ਹੁਣ ਆਪਣੀ ਸਾਈਕਲ ਦਾ ਨਾਂ ਵੀ ਰਾਣੋ ਅਤੇ ਕਮੈਂਟ ਕਰਕੇ ਦੱਸਿਓ ਸਹੀ ਸੋਹਣਾ ਨਾਂ ਹੈ ਨਾ ਚੱਲ ਨਹੀਂ ਰਾਣੋ ਤੁਰ ਕੋਈ ਰੀਸਾਂ ਨਹੀਂ ਤੇਰੀਆਂ ਸ਼ਾਮ ਦੇ 7 ਵੱਜ ਗਏ ਜੇ ਅਤੇ ਹਲੇ ਅਸੀਂ ਸਹਾਵਾ ਆਪਣੇ ਹਾਂ ਅਤੇ ਗੁਜਰ ਖਾਨ ਜਾ ਕੇ ਰੁਕਣਾ ਅਤੇ ਗੁਜਰ ਖਾਨ ਤਕਰੀਬਨ ਇੱਥੋਂ 20 ਕਿਲੋਮੀਟਰ ਦੂਰ ਹੈ ਇੱਥੇ ਨਾ ਇੱਕ ਸਬਸਕ੍ਰਾਈਬਰ ਮਿਲ ਗਿਆ ਨਾ ਭਾਈ ਅਤੇ ਵਾਰ ਵਾਰ ਕਹਿ ਰਹੇ ਨੇ ਪਾਣੀ ਪੀ ਕੇ ਜਾਓ ਕਹਿੰਦੇ ਅਸੀਂ ਹੁਣ ਖਾ ਪੀ ਕੇ ਆਏ ਹਾਂ ਰੱਜੇ ਪਏ ਹਾਂ ਕਹਿੰਦੇ ਮੈਂ ਜਾ ਨਹੀਂ ਦੇਣਾ ਕਿਉਂਕਿ ਤੁਹਾਡੇ ਸਾਰਿਆਂ ਦੇ ਪਿਆਰ ਦੀ ਜ਼ਰੂਰਤ ਹੈ ਚੀਜ਼ਾਂ ਅਤੇ ਅੱਲਾ ਪਾਕ ਸ਼ੁਕਰ ਚੀਜ਼ਾਂ ਬੰਦਾ ਖਾਦਾ ਰਹਿੰਦਾ ਪਰ ਪਿਆਰ ਅਤੇ ਪਿਆਰ ਹੁੰਦਾ ਨਾ ਭਾਈ ਆ 16 ਕਿਲੋਮੀਟਰ ਰਹਿੰਦਾ ਜੀ ਗੁਜਰ ਖਾਂ ਟਾਈਮ ਹੋ ਗਿਆ 9 ਵਜੇ ਅਤੇ ਅਲਹਮਦੁਲਿਲਾ ਅਸੀਂ ਗੁਜਰ ਖਾਂ ਉੱਪਰ ਗਏ ਜੇ ਅੱਗੇ ਪਿਛਲੇ ਵਾਰੀ ਨਾ ਇੱਥੇ ਇੱਕ ਹੋਟਲ ਹੈ ਉੱਥੇ ਅਸੀਂ ਰੈਸਟ ਕੀਤਾ ਸੀ ਪਿਛਲੇ ਸਾਈਕਲ ਟੂਰ 'ਚ ਆਏ ਹਾਂ ਅਤੇ ਅੱਜ ਫਿਰ ਉੱਥੇ ਰੈਸਟ ਕਰਾਂਗੇ ਇਨਸ਼ਾਅੱਲਾ ਆਇਓ ਆਇਓ ਹੁਣ ਜਦ ਆਇਓ ਯਾਰ ਆਇਓ ਦੂਸਰੇ ਮੰਜ਼ਿਲ ਜਾ ਕੇ ਕਮਰਾ ਦੇ ਤੇ ਇਹਨਾਂ ਨੂੰ ਪੁੱਛੇ ਬੰਦਾ ਇਹ ਗੱਲ ਕਰਨ ਵਾਲੀ ਹੈ ਆਏ ਹੋਏ ਗੁਜਰ ਖਾਂ ਆ ਕੇ ਹੋਟਲ ਅਸੀਂ ਲੈ ਲਿਆ ਤੇ ਕਮਰਾ ਲੱਭਾ ਜੇ 1200 ਰੁਪਏ ਦਾ ਅਗੋ ਆਪੀ ਹਿਸਾਬ ਲਾ ਲਓ ਕਿਹੋ ਜਿਹਾ ਹੋਏਗਾ ਅਸੀਂ ਰਾਤ ਕੱਢਣੀ ਅਸੀਂ ਕੱਲ੍ਹ ਪੱਕਾ ਲੱਭ ਮੁੱਲ ਲੈਣਾ ਹੈ ਜੀ ਮਤਲਬ ਸਹੀ ਹੈ ਸਾਫ਼ ਹੀ ਮਾਸ਼ਾਅੱਲਾ ਸਹੀ ਹੈ ਸੌਣ ਜੋਗਾ ਕਾਬਲ ਹੈ ਆਰਾਮ ਨਾਲ ਸੌਵਾਂਗੇ ਅੱਜ ਰਾਤ ਇੱਥੇ ਭਾਈ ਅਜ਼ਮਤ ਬਾਹਰ ਗਏ ਤਾਂ ਤੁਹਾਨੂੰ ਮਹਾਨ ਕੋਈ ਕਮੈਂਟ ਨਾ ਹੁਣ ਕਰ ਦਿਓ ਭਾਈ ਅਜ਼ਮਤ ਨੇ ਵੀਡੀਓ ਥੱਲੇ ਕੈਸਾ ਫੀਲ ਹੋ ਰਿਹਾ ਲੱਤਾਂ ਨੂੰ ਸਾਈਕਲ ਕਮਰੇ 'ਚ ਖਿਲਾਰ ਕੇ ਨਾ ਹੁਣ ਚੱਲੇ ਬਾਹਰ ਕੋਈ ਚੀਜ਼ ਖਾ ਪੀ ਕੇ ਉਹਨੇ ਤਾਂ ਫਿਰ ਆ ਕੇ ਵੀਡੀਓ ਐਡ ਕਰਨੀ ਹੈ ਫਿਰ ਸੋਣਾ ਵੀ ਹੈ ਫਿਰ ਸੁਬਾਹ ਉੱਠ ਕੇ ਚੀਜ਼ ਮਤਲਬ ਚੀਜ਼ ਤੇ ਬੱਚੇ ਕੰਮ ਤਾਂ ਆਪਾਂ ਰੋਟੀਆਂ ਛੋਟੀਆਂ ਕਰਾ ਸਕਦੇ ਹਾਂ ਰੋਟੀਆਂ ਛੋਟੀਆਂ ਅੱਜ ਸ਼ਾਮ ਦੀ ਰੋਟੀ ਦੇ ਵਿੱਚ ਚਿਕਨ ਜਲਫੇ ਸੀ ਦਾਲ ਮਾਸ਼ ਅਤੇ ਨਾਲ ਰੋਟੀ ਤੇ ਸਾਡਾ ਅੱਜ ਦਾ ਵਲੌਗ ਉਮੀਦ ਕਰਦਾ ਤਾਂ ਚੰਗਾ ਲੱਗਾ ਹੋਇਆ ਚੰਗਾ ਲੱਗਾ ਲਾਈਕ ਕਰਿਆ ਸ਼ੇਅਰ ਕਰਿਆ ਦੋਸਤਾਂ ਨਾਲ ਨਾਲ ਸਾਡਾ ਦੇਖ ਪੜ੍ਹਨ ਚੈਨਲ ਇਹਨੂੰ ਸਬਸਕ੍ਰਾਈਬ ਕਰ ਲਓ ਜਿਹਦੀ ਕਿ ਮਨਾ ਗਿਆ ਵੀਡੀਓ 'ਚ ਅੱਲਾ ਹਾਫਿਜ਼। ਛੋਟੇ ਛੋਟੇ ਮੁੰਡੇ ਆਏ ਨੇ ਕਹਿੰਦੇ ਸਾਨੂੰ ਆਪਣਾ ਹੈਲਮੈਟ ਦੇ ਪਾ ਕੇ ਕਹਿੰਦਾ ਲੈ ਚੈੱਕ ਕਰ ਲਓ ਪਾ ਕੇ
ਨਾ ਮਾਰੋ ਕੁਛ ਨਹੀਂ ਹੋਇਆ ਯਾਰ ਕੀ ਹੋ ਗਿਆ ਆਪਾਂ ਆ ਗਏ ਹੋਏ ਤੂੰ ਬਸ ਲੈ ਗਿਆ ਦੌੜੀ ਯਾਰ ਤੂੰ ਨਿੱਕੇ ਭਰਾ ਨੂੰ ਮਾਰਨਾ ਜ਼ਾਲਬ ਤੁਸੀਂ ਭਾਗ ਚੈੱਕ ਕਰਨਾ ਮੋਬਾਈਲ ਨਹੀਂ ਹੈ ਯੂਟਿਊਬ ਤੇ ਜਾ ਕੇ ਨਾ ਜ਼ਹੇ ਪਿੰਡੂ ਸਰਚ ਕਰੋਗੇ ਤੁਹਾਡੀ ਫਿਰ ਵੀਡੀਓ ਆਏਗੀ ਠੀਕ ਹੈ ਜ਼ਹੇ ਪਿੰਡੂ ਜ਼ਹੇ ਪਿੰਡੂ ਯੂਟਿਊਬ ਤੇ